ਵਾਲੇਕੁਮ ਜੀ, ਮੈਂ ਤੁਹਾਡਾ ਦਿਲਸ਼ਾਦ। ਸੋ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਕਰਨੀ ਹੈ ਜੀ, ਇੱਕ ਮਿਊਜ਼ਿਕ ਇੰਡਸਟਰੀ 'ਚ ਮੇਰਾ ਵੱਡਾ ਭਰਾ ਮਿਸਟਰ ਪੀ ਕੇ ਸਿੰਘ, ਸੋ ਉਹਨਾਂ ਦਾ ਸਟੂਡੀਓ ਕੀਤਾ ਜੀ ਅਸੀਂ। ਇੱਥੇ ਮੇਰੇ ਕਾਫੀ ਗਾਣੇ ਰਿਕਾਰਡ ਹੋ ਚੁੱਕੇ ਆ ਅਤੇ ਅਸੀਂ ਨਵਾਂ ਪ੍ਰੋਜੈਕਟ ਇੱਕ ਰਿਕਾਰਡ ਕਰ ਰਹੇ ਸੀਗੇ। ਸੋ ਮੈਂ ਸਭ ਨੂੰ ਗੁਜ਼ਾਰਿਸ਼ ਕਰਦਾ ਜੀ ਇੱਕ ਘੈਂਟ ਮਿਊਜ਼ਿਕ ਲੈਣ ਲਈ, ਇਹਨਾਂ ਨੇ ਇੱਕ ਵਧੀਆ ਤਰੀਕੇ ਨਾਲ ਕੰਮ ਕਰਾਉਣਾ। ਸੋ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੀ, ਸਕਰੀਨ 'ਤੇ ਨੰਬਰ ਚੱਲ ਰਿਹਾ ਜੀ ਸਾਡਾ। ਸੋ ਮੈਂ ਸਭ ਨੂੰ ਗੁਜ਼ਾਰਿਸ਼ ਕਰਦਾ ਜੀ ਵੱਧ ਤੋਂ ਵੱਧ ਜਿੰਨੇ ਮੇਰੇ ਇੱਕ ਸੁਰੀਲਾ ਕੰਮ ਕਰਾਉਣ ਲਈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸੋ ਸਭ ਨੂੰ ਗੁਜ਼ਾਰਿਸ਼ ਕਰਦਾ ਜੀ ਸਾਡੇ ਦਿੱਤੇ ਗਏ ਨੰਬਰਾਂ 'ਤੇ ਰਾਬਤਾ ਕਰ ਸਕਦੇ ਹੋ। ਸੋ ਮੇਰਾ ਸਭ ਤੋਂ ਪਹਿਲਾਂ ਗਾਣਾ ਇੱਥੇ ਰਿਕਾਰਡ ਹੋਇਆ ਜੀ ਚਿੱਟਾ, ਇੱਕ ਨਸ਼ਿਆਂ 'ਤੇ ਗਾਣਾ ਆਇਆ ਸੀਗਾ, ਅਤੇ ਉਸ ਤੋਂ ਬਾਅਦ ਅਸੀਂ ਗਾਣਾ ਕੀਤਾ ਪਾਗਲਾ ਦੇਲਾ। ਉਦੋਂ ਬਾਅਦ ਹੁਣ ਇੱਕ ਨਵਾਂ ਗਾਣਾ ਆ ਰਿਹਾ ਸਾਡਾ ਜਰਾਨੀ, ਉਸ ਤੋਂ ਬਾਅਦ ਗਾਣਾ ਸਾਡਾ ਆ ਰਿਹਾ ਕਰਵਾ ਚੌਥ। ਸਾਰੀ ਐਲਬਮ ਜਿੰਨੇ ਵੀ ਗਾਣੇ ਬਣੇ ਨੇ ਮੇਰੇ ਭਰਾ ਮਿਸਟਰ ਪੀ ਕੇ ਸਿੰਘ ਵੀਰੇ ਨੇ ਰਿਕਾਰਡ ਕੀਤੇ ਨੇ, ਅੱਜ ਵੀ ਅਸੀਂ ਇੱਕ ਨਵਾਂ ਗਾਣਾ ਰਿਕਾਰਡ ਕਰ ਸਕਦੇ ਹਾਂ। ਸੋ ਮੈਂ ਸਭ ਨੂੰ ਗੁਜ਼ਾਰਿਸ਼ ਕਰਦਾ ਜੀ ਜਿਹਨੇ ਇੱਕ ਘੈਂਟ ਕੰਮ ਕਰਾਉਣਾ, ਘੈਂਟ ਮਿਊਜ਼ਿਕ ਲੈਣਾ ਆ ਕਿਸੇ, ਸੋ ਮੈਂ ਸਭ ਨੂੰ ਗੁਜ਼ਾਰਿਸ਼ ਕਰਦਾ ਵੀ ਸਾਡੇ ਨਾਲ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਤੁਸੀਂ। ਸੋ ਸਾਰੇ ਚਾਹੁੰਦੇ ਵਾਦੇ ਰਹੋ, ਛੱਪਾ ਕੇ ਗੁੱਡ।